ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਟੀ ਪੁਆਇੰਟ ਤੇ ਟਿੱਪਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਾਈਨਿੰਗ ਵਿਭਾਗ ਦੇ ਗੁੰਡਾ ਟੈਕਸ ਵਸੂਲਣ ਵਾਲੇ ਗੁੰਡਿਆਂ ਅਤੇ ਪੰਜਾਬ ਸਰਕਾਰ ਖਿਲਾਫ਼ ਕੀਤਾ ਚੱਕਾ ਜਾਮ। ਮੁਕੇਰੀਆਂ ਅਤੇ ਤਲਵਾੜਾ ਵਿੱਚ ਬੀਤੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰ ਤੇ ਕੰਮ ਕਰਨ ਵਾਲੇ ਕਰੀਬ 3,000 ਮਜ਼ਦੂਰ, 2,000 ਟਿੱਪਰ ਚਾਲਕ, ਹਲਕੇ ਭਰਦੇ ਮਿਸਤਰੀ ਅਤੇ ਮਿਸਤਰੀਆਂ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਕਰੈਸ਼ਰ ਬੰਦ ਹੋਣ ਕਾਰਨ ਇਨ੍ਹਾਂ ਸਾਰਿਆਂ ਦੇ ਪਰਿਵਾਰਾਂ ਨੂੰ ਭੁੱਖੇ ਮਰਨ ਦੀ ਨੌਬਤ ਆ ਗਈ ਹੈ, ਜਿਸ ਤੋਂ ਦੁਖੀ ਹੋ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਮਜਬੂਰ ਹੋ ਕੇ ਇਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਅਤੇ ਇਸ ਸਬੰਧੀ ਵੱਖ ਵੱਖ ਟਿੱਪਰ ਚਾਲਕ, ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ ਗੁੰਡਾ ਟੈਕਸ ਬੰਦ ਨਹੀਂ ਕੀਤਾ ਗਿਆ ਤਾਂ ਪੰਜਾਬ ਭਰ ਵਿੱਚ ਬੰਦ ਕੀਤਾ ਜਾਏਗਾ, ਪੰਜਾਬ ਭਰ ਵਿੱਚ ਕਰੈਸ਼ਰ ਬੰਦ ਕਰ ਦਿੱਤੇ ਜਾਣਗੇ। ਹਿਮਾਚਲ ਚੋਂ ਮਾਲ ਆਇਆ ਜੀ। ਸਰ, ਤੁਸੀਂ ਮਾਈਨਿੰਗ ਦੇ ਐਸਡੀਓ ਹੈਗੇ ਹੋ, ਇੱਥੇ ਜੋ ਵੀ ਇਹ ਮਸਲਾ ਹੋਇਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਸਰ, ਕਹਿਤਾ ਉਹਨਾਂ ਨੂੰ, ਅੱਗੇ ਦੱਸ ਦਿੱਤਾ ਉਹਨਾਂ ਨੂੰ? ਅਜੀਤ ਤੋਂ, ਪੰਜਾਬੀ ਜਾਗਰਣ ਤੋਂ? ਕੋਈ ਗੱਲ ਨੀ, ਉਹਨਾਂ ਨੂੰ ਕਹਿਤਾ, ਉਹ ਜਿਹੜੇ ਅੱਗੇ ਆਏ। ਸਾਨੂੰ ਵੀ ਦੱਸ ਦਿਓ ਸਰ ਕੀ ਮਸਲਾ ਹੈਗਾ। ਅਸੀਂ ਐਕਸ ਫਾਰਮ ਅਸੀਂ ਚੈਕਿੰਗ ਕਰਦੇ ਹਾਂ ਜੀ। ਹਾਂਜੀ, ਉਹਨਾਂ ਦਾ ਐਲੀਗੇਸ਼ਨ ਹੈਗਾ ਕਿ ਸਾਡੇ ਕੋਲ ਗੁੰਡਾ ਟੈਕਸ ਵਸੂਲ, ਕੋਈ ਗੁੰਡਾ ਟੈਕਸ ਇੱਥੇ ਲੈ ਰਿਹਾ, 7,000 ਰੁਪਏ ਗੱਡੀ ਦਾ ਮੰਗ ਰਹੇ। ਅਸੀਂ ਮੰਗੇ ਹੀ ਨੀ ਕਿਸੇ ਨੇ। ਜੋ ਉੱਥੇ ਧਰਨੇ ਦੇ ਬੈਠੇ ਉਹਨਾਂ ਦਾ ਕਹਿਣਾ, ਉਹਨਾਂ ਦੀ ਕਹਿਣ ਦੀ ਕਿਹੜੀ ਗੱਲ ਹੈ? ਸਰ, ਤੁਹਾਡਾ ਸ਼ੁਭ ਨਾਮ ਜੀ? ਮੇਰਾ ਰਾਜ ਕੁਮਾਰ। ਰਾਜਕੁਮਾਰ ਜੀ, ਠੀਕ ਹੈ ਸਰ, ਥੈਂਕ ਯੂ ਜੀ। ਦੇਖੋ ਜੀ, ਸਰਕਾਰ ਦੇ ਮੁਰਦਾਬਾਦ ਦੇ ਮਾਰੋ ਨਾਰੇ, ਸਾਡੇ ਰਾਮ ਨਿਆਣੇ ਰੋਂਦੇ ਆ ਜੀ, ਸਰਕਾਰ ਧੱਕਾ ਕਰਦੀ ਆ। ਆਹ ਦੇਖੋ ਸਾਡੀਆਂ ਗੱਡੀਆਂ ਰੋਕੀਆਂ, ਅਸੀਂ ਵੀ ਬੱਚੇ ਵਾਲੇ ਆ, ਸਾਡੇ ਹੀ ਪਰਿਵਾਰ ਆ ਘਰ, ਠੀਕ ਆ, ਫਿਰ ਅਸੀਂ ਕੀ ਕਰੀਏ? ਦੱਸੋ, ਮਰਜ਼ੀ ਸਾਨੂੰ ਜ਼ਹਿਰ ਦੇ ਦੋ, ਅਸੀਂ ਪਹਿਲਾਂ ਕੱਪੜੇ ਲਾ ਕੇ ਪ੍ਰਦਰਸ਼ਨ ਕੀਤਾ ਸੀ, ਜੇ ਆਉਣ ਵਾਲੇ ਟਾਈਮ 'ਚ ਸਾਰੇ ਕੱਪੜੇ ਵੀ ਲਾਉਣ ਤਿਆਰ ਆ। ਕੀ ਤੁਹਾਡੇ ਕੋਲ ਪੁਲਿਸ ਔਰ ਪ੍ਰਸ਼ਾਸਨ ਨੇ ਕੋਈ ਪੈਸੇ ਦੀ ਮੰਗ ਕੀਤੀ? ਇਹ ਜਿਹੜੇ ਮਾਈਨਿੰਗ ਮਾਫੀਆ ਰਾਤ ਨੂੰ ਨਾਕੇ ਲਾਉਂਦਾ ਡਰਾਈਵਰਾਂ ਕੋਲ ਪੈਸੇ ਮੰਗਦਾ, ਇਹ ਤਾਂ ਜਿੱਥੋਂ ਤੱਕ ਸਾਨੂੰ ਪਤਾ ਕਿ ਮਾਈਨਿੰਗ ਮਾਫੀਆ ਤਾਂ ਬੰਦ ਹੋ ਚੁੱਕਾ ਜੀ। ਪਰ ਇਹ ਦੱਸੋ, ਇਹ ਪੁੱਛੋ ਇਹਨਾਂ ਨੂੰ ਇਹ ਕਿੱਥੋਂ ਆ ਗਿਆ ਜੀ? ਦੇਖੋ ਜੀ, GST ਦਾ ਬਿੱਲ ਆ, ਹਿਮਾਚਲ ਤੋਂ ਮਾਲ ਖਰੀਦਦੇ ਆ ਜਾਂ ਕਿਸੇ ਵੀ ਸਟੇਟ ਤੋਂ, ਜਦੋਂ ਅਸੀਂ GST ਪੇ ਕਰਤੀ, ਇਹ ਕੌਣ ਹੁੰਦੇ ਉਹਨੂੰ ਚੈਲੰਜ ਕਰਨ ਵਾਲੇ ਜੀ? ਜਾਂ ਇਹ ਕਹਿਣ ਵੀ ਇਹ ਪੰਜਾਬ ਦੇ ਕਰੈਚਰ ਚੱਲਦੇ, ਅਸੀਂ ਤਾਂ ਚੈੱਕ ਕਰਦੇ ਪੰਜਾਬ ਦੇ ਕਰੈਚਰ ਹੀ ਬਣਦੇ ਆ, ਜਾਂ ਸਾਨੂੰ ਦਿਖਾਉਣ ਜੀ ਕਿੱਥੋਂ ਪੰਜਾਬ ਦੇ ਕਰੈਚਰ ਚੱਲਦੇ ਆ। ਭਾਜੀ, ਤੁਸੀਂ ਕੀ ਕਰਦੇ ਹੋ? ਕੀ ਕਾਰਨ ਹੋਇਆ ਇੱਥੇ ਜਿਹੜਾ ਤੁਹਾਨੂੰ ਅੱਜ ਧਰਨਾ ਲਾਉਣਾ ਪਿਆ ਜੀ? ਕੀ ਤੁਹਾਡੀ ਮੰਗ ਕੀ ਹੈ ਡਰਾਈਵਰਾਂ ਦੀ? ਕ੍ਰੈਸ਼ਰ ਚੱਲੇ ਯਾਰ ਪੰਜਾਬ ਦੇ, ਨਾਲੇ ਤਾਂ ਮੇਰੀ ਸਰਦੀ ਕੀਤੀ ਆ। ਕੀ ਤੁਹਾਡੇ ਨਾਲ ਹਰ ਰੋਜ਼ ਧੱਕਾ ਹੁੰਦਾ ਜੀ? ਹਾਂਜੀ, ਹਰ ਰੋਜ਼ ਜੀ। ਸਰ, ਅੱਜ ਤੁਸੀਂ ਇੱਥੇ ਟੀ ਪੁਆਇੰਟ ਤੇ ਬੈਠੇ ਹੋ, ਇਹਦਾ ਮੁੱਖ ਕਾਰਨ ਕੀ ਹੈ? ਸਰ, ਮੁੱਖ ਕਾਰਨ ਇਹ ਆ ਵੀ ਜਿਹੜੀ ਪੰਜਾਬ ਗਵਰਨਮੈਂਟ ਦੀ ਪਾਲਿਸੀ ਆ ਉਹ ਲਾਗੂ ਕਰੋ, ਅਸੀਂ ਪੰਜਾਬ ਦੀ ਇੰਡਸਟਰੀ ਚਲਾਓ, ਅਸੀਂ ਮਾਲ ਭਰਾਂਗੇ। ਜਿਹੜਾ ਅਸੀਂ ਹਿਮਾਚਲ ਚੋਂ GST ਦੇ ਬਿੱਲਾਂ ਦੇ ਮਾਲ ਲੈ ਕੇ ਆ ਰਹੇ ਹਾਂ, ਇੱਥੇ ਗੁੰਡਾ ਕਿਸਮ ਦਾ ਮਾਫੀਆ ਜਿਹੜਾ ਸਾਡੀਆਂ ਗੱਡੀਆਂ ਨੂੰ ਪਰੇਸ਼ਾਨ ਕਰਦਾ, ਦਿਨੇ 7,000 ਤੇ ਰਾਤ ਨੂੰ 2,000 ਲੈਂਦਾ, ਧੱਕੇਸ਼ਾਹੀ ਕਰਨ ਦੇ ਨਜਾਇਜ਼। ਗੁੰਡਾ ਪਰਚੇ ਅਸੀਂ ਨਹੀਂ ਦੇਵਾਂਗੇ, ਅਸੀਂ ਇਹ ਲੜਾਈ ਪੰਜਾਬ ਪੱਧਰ ਤੇ ਟਰਾਂਸਪੋਰਟ, ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ, ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਾਂਗੇ ਜਿੰਨਾ ਚਿਰ ਇਹ ਪੰਜਾਬ ਗਵਰਨਮੈਂਟ ਪੰਜਾਬ ਦੀ ਪਾਲਿਸੀ ਚਾਲੂ ਨਹੀਂ ਕਰਦੀ। ਸਰ, ਕੀ ਤੁਸੀਂ ਸਮਝਦੇ ਹੋ ਕਿ ਪੁਲਿਸ ਔਰ ਪ੍ਰਸ਼ਾਸਨ ਵੀ ਇਹਦਾ ਨਾਮ ਮਿਲਿਆ ਹੋਇਆ? ਸਰ, ਦੇਖੋ ਇਹ ਸਰਕਾਰ ਜਦੋਂ ਪੁਲਿਸ ਕਹਿੰਦੀ ਸੀ, ਸਰਕਾਰ ਨੇ ਸਾਨੂੰ ਕਿਹਾ ਅਸੀਂ ਵੋਟਾਂ ਪਾਈਆਂ ਸੀ ਜੀ ਭਗਵੰਤ ਮਾਨ ਨੂੰ ਬਦਲਾ ਕਰਕੇ, ਠੀਕ ਹੈ ਜੀ, ਪਹਿਲਾਂ ਅਕਾਲੀਆਂ ਦਾ ਟਾਈਮ ਰੇਤਾ ਸੀਗੀ 2,000 ਨੂੰ, ਕਾਂਗਰਸ ਨੇ ਕਰਤੀ 3,500 ਨੂੰ, ਹੁਣ ਤੇ ਹੋ ਗਈ 7,000 ਨੂੰ, ਸਾਨੂੰ ਇਸ ਬਦਲਾਵ ਕਰਕੇ ਵੋਟਾਂ ਨਹੀਂ ਪਾਈਆਂ ਸੀ, ਅਸੀਂ ਵੋਟਾਂ ਜ਼ਰੂਰ ਇਹਨਾਂ ਨੂੰ ਪਾਈਆਂ ਸੀ, ਅਸੀਂ ਤੰਗ ਹੋ ਕੇ ਪਾਈਆਂ ਸੀ ਦੋਨਾਂ ਸਰਕਾਰਾਂ ਤੋਂ, ਪਰ ਸਾਨੂੰ ਪਤਾ ਨਹੀਂ ਸੀ ਵੀ ਸਾਨੂੰ ਰੋਡ ਤੇ ਬਹਿਣਾ ਪੈ ਜੂ।
ਹੁਣ ਅਗਲਾ ਤੁਹਾਡਾ ਕੀ ਅਗਲਾ ਕਦਮ ਆ ਜੀ? ਪਹਿਲਾਂ ਜਿੰਨਾ ਚਿਰ ਗੱਡੀਆਂ ਨੀ ਜਾਂਦੀਆਂ ਅਸੀਂ ਇੱਥੇ ਰਾਤ ਦਿਨ ਧਰਨਾ ਚੜਨਾ ਸਾਡਾ, ਜੇ ਮੰਨ ਗਏ ਕੱਲ ਤੱਕ ਸਹੀ ਆ, ਨਹੀਂ ਤਾਂ ਕੱਲ ਸੂਬੇ ਦੀ ਮੀਟਿੰਗ ਲਾ ਕੇ ਵੱਡੇ ਪੱਧਰ ਤੇ ਜੰਗ ਲੜਾਂਗੇ। ਸਰ ਅੱਜ ਇੱਥੇ ਹਾਜੀਪੁਰ ਦੇ ਟੀ ਪੁਆਇੰਟ ਦੇ ਵਿੱਚ ਟਿੱਪਰ ਯੂਨੀਅਨ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਮਾਈਨਿੰਗ ਨੂੰ ਲੈ ਕੇ, ਤੇ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆਪਾਂ ਤੁਹਾਡਾ ਕੀ ਕਹਿਣਾ ਜੀ? ਇੱਥੇ ਮਾਈਨਿੰਗ ਡਿਪਾਰਟਮੈਂਟ ਦੇ ਕਿਸਾਨ ਜਿਹੜੇ ਆਫਿਸ਼ਲ ਚੈਕਿੰਗ ਕਰ ਰਹੇ ਸੀ, ਉਹਨਾਂ ਵੱਲੋਂ ਕੁਛ ਡਾਕੂਮੈਂਟ ਸੀ ਜਿਹੜੇ ਟਿੱਪਰ ਕੈਰੀ ਕਰ ਰਹੇ ਆ, ਰੇਤਾ ਜਾਂ ਬਜਰੀ ਮੰਗ ਕੀਤੀ ਗਈ ਆ, ਤੇ ਉਹਦੇ ਲੈ ਕੇ ਕੋਈ ਇਹਨਾਂ ਦਾ ਡਿਸਪਿਊਟ ਹੋਇਆ ਟਿੱਪਰ ਉਹਨਾਂ ਦਾ ਤਾਂ ਮਾਈਨਿੰਗ ਡਿਪਾਰਟਮੈਂਟ ਵਾਲਿਆਂ ਦਾ। ਮੈਂ ਮੌਕੇ 'ਤੇ ਪਹੁੰਚਿਆ ਹੀ, ਵੈਰੀਫਾਈ ਕਰਦੇ ਹਾਂ ਜੋ ਕੁਛ ਹੈਗਾ, ਜੋ ਜਾਇਜ਼ ਬਣਦੀ ਕਾਰਵਾਈ ਉਹ ਕਰਾਂਗਾ। ਸਰ ਜਿੱਥੋਂ ਤੱਕ ਇੱਥੇ ਲੋਕਲ ਲੋਕਾਂ ਨੂੰ ਪਤਾ ਕਿ ਪੰਜਾਬ ਦੇ ਜਿਹੜੇ ਸਾਡੇ ਕੰਢੀ ਏਰੀਏ ਨੂੰ ਲੈ ਕੇ ਹਾਜੀਪੁਰ ਤੋਂ ਲੈ ਕੇ ਤਲਵਾੜੇ ਤੱਕ ਜਿਹੜੇ ਕ੍ਰੈਸ਼ਰ ਆ ਉਹ ਬੰਦ ਪਏ ਆ ਜੀ, ਤੇ ਨੈਚੁਰਲੀ ਉਹ ਤਾਂ ਪੰਜਾਬ ਸਰਕਾਰ ਦੀ ਪਾਲਿਸੀ ਆ 20 ਜੁਲਾਈ ਤੋਂ 20 ਸਤੰਬਰ, ਅੱਜ ਦੇ ਐਤਕੀ ਬੰਦ ਨਹੀਂ ਹੋਏ, ਹਰ ਸਾਲ 20 ਜੁਲਾਈ ਤੋਂ 20 ਸਤੰਬਰ ਰੇਨੀ ਸੀਜ਼ਨ ਆ, ਇਹ ਰੇਨੀ ਸੀਜ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਪੱਕੀ ਪਾਲਿਸੀ ਆ, ਹਰ ਸਾਲ ਬੰਦ ਹੁੰਦੇ ਆ, ਇਸ ਸਾਲ ਕੋਈ ਨਵੇਂ ਨਹੀਂ ਹੋਏ। ਔਰ ਇਹ ਹਿਮਾਚਲ ਤੋਂ ਆ ਰਹੇ ਆ ਕ੍ਰੈਸ਼ਰ? ਇਹ ਹਿਮਾਚਲ ਦੀ ਕੋਈ ਪਾਲਿਸੀ ਹੋਊਗੀ, ਉਹਨਾਂ ਦੇ ਵਿੱਚ ਉੱਥੇ ਅਲਾਊਡ ਹੋਊਗਾ, ਉੱਥੋਂ ਆ ਰਹੇ। ਹੁਣ ਤੁਹਾਡਾ ਕੀ ਅੱਗੇ ਐਕਸ਼ਨ ਹੋਏਗਾ ਸਰ? ਮਾਈਨਿੰਗ ਡਿਪਾਰਟਮੈਂਟ ਨਾਲ ਸੰਬੰਧਿਤ ਆ, ਉਹ ਦੇਖਣਗੇ, ਅਗਰ ਉਹ ਸਾਡੀ ਕਿਸੇ ਪ੍ਰਕਾਰ ਦੀ ਹੈਲਪ ਮੰਗਣਗੇ ਤਾਂ ਅਸੀਂ ਕਰਾਂਗੇ। ਪੰਜਾਬ ਦੇ ਵਿੱਚ ਰੇਤਾ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਜੀ, ਬਜਰੀ ਮਾੜੇ ਬੰਦੇ ਦੇ ਕੋਲ ਤਾਂ ਪਹੁੰਚ ਹੀ ਹੈ ਨੀ ਮਕਾਨ ਬਣਾ। ਦੇਖੋ ਜੀ, ਜਦੋਂ ਦੇ ਆ ਮਾਈਨਿੰਗ ਇਹਨਾਂ ਨੇ ਬੰਦ ਕੀਤੀ ਆ ਨਾ, ਕਰ ਇੰਡਸਟਰੀ ਬੰਦ ਹੋਈ ਆ, ਜਿੰਨੇ ਮਿਸਤਰੀ ਆ, ਜਿੰਨੇ ਮਜ਼ਦੂਰ ਆ, ਜਿੰਨੇ ਡਰਾਈਵਰ ਆ, ਜਿੰਨੇ ਮਾਲਕ ਆ, ਜਿੰਨੇ ਵੀ ਹੈਗੇ, ਸਾਰਿਆਂ ਦੇ ਚੁੱਲ੍ਹੇ ਦੀ ਅੱਗ ਬੁੱਝ ਗਈ ਆ। ਇਹ ਸਮਝ ਲਓ ਵੀ ਉਹ ਪੱਕੀਆਂ ਪਕਾਈਆਂ ਕਿੰਨਾ ਕੁ ਚਿਰ ਖਾਣਗੇ, 2 ਦਿਨ, 4 ਦਿਨ, 10 ਦਿਨ, ਲੋਕੀ ਸੁਸਾਈਡ ਕਰਨਗੇ, ਲੋਕੀ ਮਰਨਗੇ ਸਰਕਾਰ ਦੇ ਨਾਂ ਤੇ। ਅਸੀਂ ਫੇਰ ਧਰਨਾ ਬੈਠਣ ਤਿਆਰ ਆ, ਨਹੀਂ ਤਾਂ ਇੱਥੇ ਲੱਗੇ 1 ਦਿਨ, ਅਸੀਂ ਗੱਡੀਆਂ ਮੰਗਾ ਲਈਆਂ, ਪੈਂਟ ਮੰਗਾ ਲਿਆ, ਅਸੀਂ ਨਹੀਂ ਕਰਦੇ, ਸਾਡਾ ਆ ਕੇ ਅਸੀਂ ਔਖੇ। ਕਿਹੜੇ ਫਾਰਮ ਦੱਸੋ, ਕਿਹੜੇ ਐਕਸ ਫਾਰਮ? ਦੇਖੋ ਹਿਮਾਚਲ ਤੋਂ ਗੱਡੀਆਂ ਭਰ ਗਈਆਂ ਸਾਰੀਆਂ, ਉੱਥੋਂ ਬਿੱਲ ਮਿਲਦੀ ਵੀ ਆ, ਕੋਈ ਸਾਨੂੰ ਮੈਨੂੰ ਦੱਸੋ ਸਰ, ਆਪਾਂ ਜਾਣਦੇ ਮੈਂ ਪਹਿਲਾਂ ਕਿਹਾ ਤਾ, ਤੁਸੀਂ ਦੱਸੋ ਪੰਜਾਬ ਦੇ ਕਿਹੜੇ ਕ੍ਰੈਸ਼ਰ ਤੋਂ ਤੁਸੀਂ ਮੈਨੂੰ ਦੱਸੋ ਕਿੱਥੋਂ ਗੱਡੀ ਭਰ ਕੇ, ਜੇ ਅਸੀਂ ਮਿਹਨਤ ਕੀਤੀ ਸਾਡੇ ਤੇ ਪਰਚਾ ਦੋ, ਤੇ ਹਿਮਾਚਲ ਚੋਂ ਗੱਡੀਆਂ ਲੈ ਕੇ ਆ ਰਹੇ, ਤੁਸੀਂ ਕਿੱਦਾਂ ਕਰ ਲਓਗੇ? ਦੇਖੋ ਜੀ, ਪੰਜਾਬ ਦੀ ਇੰਡਸਟਰੀ ਚੈਕਿੰਗ ਦੇ ਗੁੰਡਾ ਟੈਕਸ ਨੀ 70 ਰੁਪਏ, ਕੌਂਤਰਪੁਰ ਨਾਕਾ ਲੱਗ ਗਿਆ। ਦੇਖੋ ਜੀ, ਅਸਾਂ ਮੀਡੀਆ ਸੁਣ ਲਿਆ, ਜਦੋਂ ਸੀਗੀ ਬਾਦਲ ਸਰਕਾਰ ਉਦੋਂ ਸੀ ਰੇਤਾ 2000 ਨੂੰ, ਫਿਰ ਆ ਗਈ ਕਾਂਗਰਸ ਰੇਤਾ ਚੱਲ ਗਈ 3500 ਨੂੰ, ਅੱਜ ਹੋ ਗਈ ਰੇਤਾ 7000 ਨੂੰ, 7000 ਨੂੰ ਮਿਲਦੀ ਨੀ ਰੇਤਾ, 7000 ਰੁਪਏ ਤੁਸੀਂ ਬਿਆਨ ਦੋ ਵੀ 7 ਰੁਪਏ ਅਸੀਂ ਨਹੀਂ ਲੈਣੇ, ਤੁਸੀਂ ਦੱਸੋ, ਤੁਸੀਂ ਦੱਸੋ 7 ਰੁਪਏ ਮਨਾ ਕਿਸੇ ਕੋਲ ਹੈਗਾ, ਕਿਸੇ ਕੋਲ ਨਹੀਂ ਹੈ, ਜਾਂ ਕਿਸੇ ਕੋਲ 15 ਟਨ? ਜਦੋਂ ਪੰਜਾਬ ਚ ਮਾਈਨਿੰਗ ਚੱਲ ਰਹੀ ਸੀ, ਗੁੰਡਾ ਪਰਚੀ ਪਹਿਲਾਂ ਚੱਲ ਰਹੀ ਸੀ, ਆਪਾਂ ਉਦੋਂ ਦੇ ਜਾਣਦੇ ਹਾਂ, ਦੱਸੋ ਉਦੋਂ ਓਵਰਲੋਡ ਨਹੀਂ ਆਉਂਦੀ ਸੀ? ਦਿਖਾਵਾਂ ਤੁਹਾਨੂੰ ਗੁੰਡਾ ਪਰਚੀਆਂ ਤੁਹਾਡੀਆਂ ਪੁਰਾਣੀਆਂ, ਉਹ ਹਰੀਆਂ ਪੀਲੀਆਂ। ਮੈਂ ਕਿਉਂ ਜੀ, ਦੇਖੋ ਅਸੀਂ ਆ ਟਰਾਂਸਪੋਰਟ ਵੀਰਾਂ ਦੀ ਲੜਾਈ ਲੜਨੀ ਆ, ਇਹ ਤੁਹਾਡਾ ਆ, ਹੁਣ ਮਕਾਉਣੀ ਹੁਣ ਮਕਾ ਲਓ, ਜਦੋਂ ਮਕਾਉਣੀ ਮਕਾ ਲਓ, ਅਸੀਂ ਸ਼ੋਸ਼ਣ ਨਹੀਂ ਹੋਣ, ਅਸੀਂ ਸ਼ੋਸ਼ਣ ਨਹੀਂ ਹੋਣ ਦੇਣਾ, ਗੱਡੀਆਂ ਤੁਸੀਂ ਰੋਕੀਆਂ, ਤੁਸੀਂ ਸਰਕਾਰ, ਦੇਖੋ ਲੋਕ ਵੱਡੇ, ਦੇਖੋ ਸਰ ਸਰਕਾਰ ਨੀ ਵੱਡੀ, ਲੋਕ ਵੱਡੇ ਆ, ਅਸੀਂ ਲੋਕਾਂ ਦੀ ਲੜਾਈ ਥੱਲੇ ਜ਼ਮੀਨ ਲਿਆ ਉਦੋਂ ਪਤਾ ਲੈ ਕੇ ਦੇਣੀ ਆ, ਅਸੀਂ ਲੋਕਾਂ ਦਾ ਸ਼ੋਸ਼ਣ ਨੀ ਹੋਣ ਦੇਣਾ, ਤੁਸੀਂ ਇੱਦਾਂ ਕਰੋ ਪੰਜਾਬ ਚ ਕ੍ਰੈਸ਼ ਚਲਾਓ, ਅਸੀਂ ਹਿਮਾਚਲ ਵੜਦੇ ਹੀ ਨੀ, ਸਾਨੂੰ ਲੋੜ ਹੀ ਨੀ ਜਾਣਦੇ, ਚਲਾਓ ਹਿਮਾਚਲ ਚੋਂ ਮਾਰ ਆ ਰਿਹਾ। ਜਦੋਂ ਹਿਮਾਚਲ ਐਂਟਰ ਕਰਦੇ ਆ ਤੇ ਇੱਥੇ ਨਾਕਾ ਲੱਗ ਜਾਂਦਾ ਮਾਈਨਿੰਗ ਦਾ, ਠੀਕ ਹੈ ਜੀ, ਉਹ ਇੱਥੇ ਗੁੰਡਾ ਪਰਚੀ ਕੱਢਦੇ ਆ, 7 ਰੁਪਏ ਦੇ ਹਿਸਾਬ ਨਾਲ ਲਈ ਆ ਰਹੇ ਆ। ਇੱਕ ਟਿੱਪਰ ਤਾਂ ਕਿੰਨਾ ਬਣਦਾ ਜੀ? 7000 ਰੁਪਏ ਪਰ ਸੈਕੜਾ ਲੈ ਰਹੇ ਜੀ, 10 ਸੈਕੜੇ ਸੈਕੜੇ ਹਿਸਾਬ ਨਾਲ ਪੈ ਜਾਣਾ ਜੀ।
ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਰੇਤਾ ਜਿਹੜਾ ਹੈਗਾ ਪੰਜਾਬ ਚੋਂ ਸਸਤਾ ਹੋ ਗਿਆ ਜੀ। ਮੈਂ ਜੀ 60 ਰੁਪਏ ਹੋ ਗਿਆ ਜੀ। ਪਹਿਲਾਂ 20 ਰੁਪਏ ਸੀ, ਦੂਜੀ ਸਰਕਾਰ ਹੋਈ 25 ਹੋਇਆ, ਹੁਣ ਤਾਂ 60 ਹੋ ਗਿਆ। ਅਸੀਂ ਤਾਂ ਬਦਲਾਵ ਨੂੰ ਵੋਟਾਂ ਪਾਈਆਂ ਸੀ, ਪਰ ਬਦਲਾਵ ਕੋਈ ਵੱਖਰੇ ਤਰ੍ਹਾਂ ਦਾ ਹੋ ਗਿਆ। ਹੁਣ ਤਾਂ ਅਗਲਾ ਕਦਮ ਕੀ ਰਹੇਗਾ ਸਰ? ਅਗਲਾ ਕਦਮ ਇਹ ਹੀ ਤੇ ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਕਿ ਜੋ ਇਹ ਟਿੱਪਰ ਰੋਕੇ ਗਏ ਆ, ਇਹਨਾਂ ਨੂੰ ਬਗੈਰ ਕਿਸੇ ਕਾਰਨ ਚ ਛੱਡਿਆ ਜਾਵੇ, ਕਿਉਂਕਿ ਇਹ ਧੱਕਾ ਤਰ੍ਹਾਂ ਦਾ, ਕਿਉਂਕਿ ਅਸੀਂ ਕੱਚਾ ਮਾਲ ਲੈ ਕੇ, ਬਣਿਆ ਮਾਲ ਲੈ ਕੇ ਆ ਰਹੇ ਹਾਂ, ਨਾ ਕਿ ਪੱਕਾ ਮਾਲ। ਤੁਸੀਂ ਦੇਖ ਸਕਦੇ ਸਾਰੇ ਟਿੱਪਰਾਂ, ਬਣਿਆ ਹੋਇਆ ਮਾਲ ਆ, ਨਾ ਕਿ ਕੱਚਾ ਮਾਲ, ਤਿਆਰ ਮਾਲ ਆ। ਇੱਥੇ ਕੋਈ ਮਾਈਨਿੰਗ ਨਹੀਂ ਹੈ, ਜ਼ਿਆਦਾ ਹੀ ਪੱਟਿਆ ਮਾਲ ਆ, ਕੱਚਾ ਮਾਲ, ਤੇ ਜੇ ਕਾਰਵਾਈ ਬਣਦੀ।